ਸਤਿ ਸ਼੍ਰੀ ਅਕਾਲ ਦੋਸਤੋ, ਵਤਨ ਟੀ ਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਨੂੰ ਨਿੱਘੀ ਜੀ ਆਇਆਂ। ਸਮੇਂ ਸਮੇਂ 'ਤੇ ਅਸੀਂ ਕੋਈ ਨਾ ਕੋਈ ਗੈਸਟ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ ਅਤੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੁਛ ਨਾ ਕੁਛ ਕਰਕੇ ਦਿਖਾਵੇ ਜਾਂ ਕਿਸੇ ਮੁਕਾਮ 'ਤੇ ਪਹੁੰਚੇ। ਅਤੇ ਹਰ ਕੋਈ ਇਨਸਾਨ ਜਿਹੜਾ ਵਧੀਆ ਕੋਸ਼ਿਸ਼ ਕਰਦਾ ਆ ਕਿਸੇ ਮੁਕਾਮ 'ਤੇ ਪਹੁੰਚਦਾ ਆ, ਉਹਨਾਂ ਦੇ ਵਿੱਚੋਂ ਅੱਜ ਸਾਡੇ ਦਰਮਿਆਨ ਨੇ ਪ੍ਰਭ ਦਿਆਲ ਧੀਮਾਨ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਿਸ ਲੈਵਲ ਤੋਂ ਸ਼ੁਰੂ ਕਰਕੇ ਕਿਸ ਲੈਵਲ ਤੱਕ ਉਹ ਪਹੁੰਚੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਵਾਈਫ ਨਿਸ਼ੀ ਧੀਮਾਨ ਜੀ ਵੀ ਸਾਡੇ ਦਰਮਿਆਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਧੀਮਾਨ ਸਾਹਿਬ, ਸਭ ਤੋਂ ਪਹਿਲਾਂ ਵਤਨ ਟੀ ਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਿੱਘੀ ਜੀ ਆਇਆਂ ਜੀ, ਵੈਲਕਮ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਕਦੋਂ ਤੋਂ ਇਹ ਸਟਰਗਲ ਸ਼ੁਰੂ ਕੀਤੀ, ਕਿਸ ਮੁਕਾਮ 'ਤੇ ਤੁਸੀਂ ਪਹੁੰਚੇ ਹੋ ਅੱਜ, ਅਤੇ ਉਹ ਸਾਰਾ ਕੁਛ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਜੀ? ਅਸੀਂ ਇੰਡੀਆ ਦੇ ਵਿੱਚ ਨਕੋਦਰ, ਸਾਡੇ ਗ੍ਰੈਂਡਫਾਦਰ ਨੇ ਕੰਮ ਸਟਾਰਟ ਕੀਤਾ ਸੀਗਾ ਕਨਫੈਕਸ਼ਨ ਮਸ਼ੀਨਸ ਦਾ। ਉਹਦੇ 'ਚ ਅਸੀਂ ਕੈਂਡੀ ਮੇਕਿੰਗ ਮਸ਼ੀਨਸ, ਟੋਫੀ, ਲੋਲੀਪੋਪ, ਬਬਲਗਮ ਮੇਕਿੰਗ ਮਸ਼ੀਨਸ ਬਣਾਉਂਦੇ ਹੈਗੇ ਹਾਂ, ਔਰ ਸਾਡੀਆਂ ਉੱਥੇ 6 ਫੈਕਟਰੀਜ਼ ਹੈਗੀਆਂ ਨਕੋਦਰ ਦੇ ਵਿੱਚ। ਅਤੇ 2010 ਦੇ ਵਿੱਚ ਅਸੀਂ ਕੈਨੇਡਾ ਦੇ ਵਿੱਚ ਸ਼ਿਫਟ ਹੋਏ ਸੀਗੇ, ਬੱਚੇ ਮਤਲਬ ਇੱਥੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਕੇ ਅਤੇ ਇੱਥੇ ਸ਼ਿਫਟ ਹੋਏ ਸੀਗੇ, ਅਤੇ ਨਾਲ ਫਿਰ ਅਸੀਂ ਇੱਥੇ ਵਿਨੀਪੈਗ ਦੇ ਵਿੱਚ ਆਪਣਾ ਸਟਾਰਟ ਕੀਤਾ ਸੀਗਾ। ਉੱਥੋਂ ਆ ਕੇ ਉੱਥੇ ਤੁਹਾਡੀਆਂ ਇੰਡੀਆ ਦੇ ਵਿੱਚ ਇੰਨੀਆਂ ਫੈਕਟਰੀਆਂ ਨੇ, ਇੱਥੇ ਆ ਕੇ ਕਿੱਦਾਂ, ਕਿੰਨੀ ਕੁ ਸਟਰਗਲ ਕਰਨੀ ਪਈ ਜਾਂ ਕਿਵੇਂ, ਮਤਲਬ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ? ਬੱਚਿਆਂ ਦੀ ਐਡਮਿਸ਼ਨ ਅਸੀਂ ਇੱਥੇ ਯੂਨੀਵਰਸਿਟੀ ਦੇ ਵਿੱਚ ਕਰਵਾਈ ਸੀਗੀ ਕਿ ਅੱਛੀ ਓਪਰਚੁਨਿਟੀਜ਼, ਬੱਚਿਆਂ ਨੂੰ ਅੱਛਾ ਮਾਹੌਲ ਮਿਲੇ, ਅਤੇ ਇਸ ਕਰਕੇ ਅਸੀਂ ਇੱਥੇ ਐਡਮਿਸ਼ਨ ਕਰਵਾਈ ਸੀਗੀ। ਸ਼ੁਰੂ ਦੇ ਵਿੱਚ ਦਿੱਕਤਾਂ ਆਈਆਂ ਸਾਨੂੰ, ਲੇਕਿਨ ਸਾਨੂੰ ਜੋ ਇੱਥੇ ਦਾ ਮਾਹੌਲ ਹੈਗਾ ਕੈਨੇਡਾ ਦਾ ਬੜਾ ਅੱਛਾ ਲੱਗਾ, ਔਰ ਉਸ ਦੇ ਹਿਸਾਬ ਨਾਲ ਅਸੀਂ ਅੱਛਾ ਇੱਥੇ ਸੈੱਟ ਹੋ ਪਾਏ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਜੀ। ਭੈਣ ਜੀ ਨਿਸ਼ੀ ਜੀ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇੰਡੀਆ ਤੋਂ ਇੱਥੇ ਮੂਵ ਹੋਏ ਤੁਸੀਂ, ਉੱਥੇ ਸਾਰਾ ਪਰਿਵਾਰ ਮਤਲਬ ਸੈੱਟ ਸੀਗਾ ਤੁਹਾਡੇ, ਮਤਲਬ ਵੀ ਧੀਮਾਨ ਸਾਹਿਬ ਉਹਨਾਂ ਨੇ ਪੂਰਾ ਸੈਟਲ ਕੀਤਾ ਹੋਇਆ ਸੀ ਸਾਰਾ ਕੁਛ, ਇੱਥੇ ਆ ਕੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ? ਸ਼ੁਰੂ ਸ਼ੁਰੂ ਦੇ ਵਿੱਚ ਥੋੜ੍ਹੀਆਂ ਮੁਸ਼ਕਲਾਂ ਆਈਆਂ ਸੀਗੀਆਂ ਜੀ ਸਾਨੂੰ ਸੈਟਲ ਹੋਣ ਨੂੰ, ਕਿਉਂਕਿ ਅਸੀਂ ਉੱਥੇ ਸਾਡਾ ਸਾਰਾ ਘਰ ਆਪਣਾ, ਫੈਕਟਰੀਜ਼ ਆਪਣੀਆਂ, ਸਾਰਾ ਕੁਛ ਸੀਗਾ, ਸਾਰਾ ਕੁਛ ਸੈਟਲ ਸੀਗਾ। ਬਟ ਇੱਥੇ ਆ ਕੇ ਸਾਨੂੰ ਬਿਲਕੁਲ ਸਕਰੈਚ ਤੋਂ ਸ਼ੁਰੂ ਕਰਨਾ ਪਿਆ। ਅਸੀਂ ਆ ਕੇ ਸ਼ੁਰੂ 'ਚ ਰੈਂਟ 'ਤੇ ਵੀ ਰਹੇ ਥੋੜ੍ਹੀ ਦੇਰ ਵਾਸਤੇ, ਫਿਰ ਅਸੀਂ ਆਪਣਾ ਘਰ ਬਣਾਇਆ ਅਤੇ ਸਲੋਲੀ ਅਸੀਂ ਸੈਟਲ ਹੋ ਗਏ। ਲੇਕਿਨ ਇਹ ਹੈ ਕਿ ਇੱਥੇ ਸਾਨੂੰ ਉੱਥੇ ਨਾਲੋਂ ਕਈ ਚੀਜ਼ਾਂ ਬਹੁਤ ਵਧੀਆ ਲੱਗੀਆਂ। ਦੋਨੋਂ ਜਗ੍ਹਾ ਦੇ ਆਪਣੇ ਪਲੱਸ ਮਾਈਨਸ ਪੁਆਇੰਟਸ ਹੈਗੇ ਹੈ। ਇੱਥੇ ਮਤਲਬ ਕੁਆਲਿਟੀ ਆਫ ਲਾਈਫ ਜਿਹੜੀ ਹੈ ਬਹੁਤ ਵਧੀਆ ਹੈਗੀ ਹੈ, ਨੋ ਡਾਊਟ। ਉੱਥੇ ਸਾਡੇ ਕੋਲ ਬਹੁਤ ਜ਼ਿਆਦਾ ਫੈਸਿਲਿਟੀਜ਼ ਸੀਗੀਆਂ ਜਦੋਂ ਅਸੀਂ ਇੱਥੇ ਆਏ ਹੈ, ਲੇਕਿਨ ਉਹਦੇ ਨਾਲ ਕੀ ਹੈ ਕਿ ਥੋੜ੍ਹਾ ਜਿਹਾ ਬੰਦੇ ਦੀ ਲਾਈਫ ਜਿਹੜੀ ਹੈ ਉਹ ਲਥਾਰਜਿਕ ਵੀ ਹੋ ਜਾਂਦੀ ਹੈ ਜੇ ਅਸੀਂ ਉੱਥੇ ਹੀ ਰਹਿੰਦੇ ਹਾਂ। ਇੱਥੇ ਆ ਕੇ ਅਸੀਂ ਆਪ ਫਾਇੰਡ ਆਊਟ ਕੀਤਾ ਕਿ ਸਾਰੇ ਕੰਮ ਕਿਸ ਤਰ੍ਹਾਂ ਕਰਨੇ ਹੈ, ਕਿੱਦਾਂ ਗਰੋ ਕਰਨਾ ਹੈ। ਸੋ ਉਹ ਉਸ ਕਰਕੇ ਸਾਨੂੰ ਇੱਥੇ ਵੀ ਬਹੁਤ ਵਧੀਆ ਲੱਗਾ ਅਤੇ ਹੁਣ ਅਸੀਂ ਵਧੀਆ ਸੈਟਲਡ ਹੈਗੇ ਇੱਥੇ ਵੀ। ਨਿਸ਼ੀ ਜੀ, ਗੱਲ ਕਰਦੇ ਹਾਂ, ਤੁਸੀਂ ਕੁਆਲਿਟੀ ਆਫ ਲਾਈਫ ਦੀ ਗੱਲ ਕੀਤੀ ਹੈ, ਕੈਨੇਡਾ ਦੇ ਵਿੱਚ ਮੱਚ ਮੱਚ ਬੈਟਰ ਆ ਇੰਡੀਆ ਨਾਲੋਂ। ਉੱਥੇ ਵੀ ਤੁਹਾਡੀ ਲਾਈਫ ਬੈਟਰ ਸੀਗੀ, ਨੌਕਰ ਚਾਕਰ ਹੋਰ ਸਭ ਕੁਛ, ਧੀਮਾਨ ਸਾਹਿਬ ਨੇ ਬਹੁਤ ਵਧੀਆ ਸੈਟਲ ਕੀਤਾ ਉੱਥੇ ਸਾਰਾ ਕੁਛ, ਬਿਜ਼ਨਸ ਵਗੈਰਾ ਸਾਰਾ ਕੁਛ ਸੀਗਾ ਉੱਥੇ, ਨੌਕਰ ਚਾਕਰ ਸੀ, ਇੱਥੇ ਨਹੀਂ। ਆਪ ਨੂੰ ਸਭ ਨੂੰ ਤੁਹਾਨੂੰ ਸਾਰਾ ਕੁਛ ਕਰਨਾ ਪੈਂਦਾ ਹੈ। ਇੱਦਾਂ ਨਾ ਜੀ, ਇੱਥੇ ਹੁਣ ਦੇਖਿਆ ਕੁਆਲਿਟੀ ਆਫ ਲਾਈਫ ਮੀਨਸ ਇੱਥੇ ਇਨਵਾਇਰਮੈਂਟ ਓਵਰਆਲ, ਤੁਹਾਨੂੰ ਤੁਹਾਡਾ ਕੁਆਲਿਟੀ ਆਫ ਫੂਡ, ਕੁਆਲਿਟੀ ਆਫ ਲਿਵਿੰਗ, ਤੁਹਾਡਾ ਈਵਨ ਏਅਰ, ਤੁਹਾਡੀ ਜਿਹੜੀ ਤੁਸੀਂ ਜਿਹਦੇ 'ਚ ਬਰੀਦ ਕਰਦੇ ਹੋ ਉਹ ਬਹੁਤ ਵਧੀਆ। ਟ੍ਰੈਫਿਕ ਇੱਥੇ ਬਹੁਤ ਵਧੀਆ, ਨੋ ਡਾਊਟ। ਉੱਥੇ ਸਾਡੇ ਕੋਲ ਹੈਲਪਰ ਸੀਗੇ, ਲੇਕਿਨ ਉਹਦੇ ਨਾਲ ਕੀ ਹੈ ਕਿ ਤੁਸੀਂ ਆਪ ਵੀ ਇੱਥੇ ਆ ਕੇ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਉੱਥੇ ਅਸੀਂ ਹੈਲਪਰਸ ਦੀ ਹੈਲਪ ਨਾਲ ਜਦੋਂ ਕੰਮ ਕਰਾਉਂਦੇ ਰਹਿੰਦੇ ਹਾਂ ਤੁਹਾਡੀ ਆਪਣੀ ਹੈਲਥ ਕਿੰਨੀ ਇਫੈਕਟਡ ਹੁੰਦੀ ਹੈ। ਇੱਥੇ ਕੀ ਹੈ ਕਿ ਤੁਸੀਂ ਆਪ ਆਪਣੇ ਸਾਰੇ ਕੰਮ ਕਰਦੇ ਹੋ, ਜਿਹੜੀ ਕਿ ਬਹੁਤ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਇੱਥੇ ਤੁਹਾਡੇ ਕੋਲ ਮਸ਼ੀਨਾਂ ਹੈਗੀਆਂ ਸਾਰੀਆਂ ਕੰਮ ਕਰਨ ਵਾਸਤੇ। ਅਤੇ ਜੇ ਤੁਹਾਨੂੰ ਕਿਸੇ ਵੇਲੇ ਹੈਲਪ ਚਾਹੀਦੀ ਹੈ ਤਾਂ ਤੁਸੀਂ ਲੈ ਵੀ ਸਕਦੇ ਹੋ ਬਾਹਰੋਂ, ਇੱਥੇ ਕੰਪਨੀਜ਼ ਹੈਗੀਆਂ ਜਿਹੜੀਆਂ ਆ ਕੇ ਤੁਹਾਨੂੰ ਕਲੀਨਿੰਗਸ ਹੈਲਪ ਕਰ ਦਿੰਦੀਆਂ ਜੇ ਤੁਹਾਨੂੰ ਰਿਕੁਆਇਰਡ ਹੋਵੇ। ਸੋ ਆਫਟਨ ਅਸੀਂ ਉਹ ਵੀ ਕਦੀ ਕਦੀ ਜੇ ਰਿਕੁਆਇਰਡ ਹੋਵੇ ਤਾਂ ਲੈ ਲੈਂਦੇ ਹਾਂ ਹੈਲਪ, ਲੇਕਿਨ ਅਦਰ ਦੈਨ ਦੈਟ ਸਾਨੂੰ ਕੋਈ ਮਤਲਬ ਇੱਥੇ ਵਧੀਆ ਲੱਗਿਆ। ਇੱਥੇ ਐਕਚੁਲੀ ਇੱਥੇ ਡਿਗਨਿਟੀ ਆਫ ਲੇਬਰ ਹੈਗੀ ਹੈ, ਅਸੀਂ ਇੱਦਾਂ ਨਹੀਂ ਕਹਿੰਦੇ ਕਿ ਇਹ ਬੰਦਾ ਮੇਡ ਹੈਗਾ, ਇਹ ਇੱਦਾਂ ਹੈਗਾ। ਇੱਥੇ ਅਸੀਂ ਸਭ ਨੂੰ ਬਰਾਬਰ ਮੰਨਦੇ ਹਾਂ, ਅਤੇ ਜਿਹੜੀ ਗੱਲ ਕਿ ਬਹੁਤ ਵਧੀਆ ਲੱਗਦੀ ਹੈ ਕਿ ਸਾਰੇ ਇਕੁਅਲ ਹੈਗੇ ਆ। ਜਿਹੜੀ ਤੁਸੀਂ ਜਿਹੜਾ ਬਿਜ਼ਨਸ ਤੋਂ ਸ਼ੁਰੂ ਕੀਤਾ
ਸਕਰੈਚ ਤੋਂ ਸ਼ੁਰੂ ਕੀਤਾ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਕੈਂਡੀਜ਼ ਬਿਜ਼ਨਸ ਵਿੱਚ ਮਤਲਬ ਕਿਵੇਂ ਤੁਹਾਡਾ ਕਿਵੇਂ ਇਰਾਦਾ ਕਿਵੇਂ ਬਣਿਆ, ਉਹਨੂੰ ਕਿਵੇਂ ਤੁਸੀਂ ਮਤਲਬ ਐਸਟੈਬਲਿਸ਼ ਕੀਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਵੇਂ ਤੁਸੀਂ ਉਹਨੂੰ ਐਸਟੈਬਲਿਸ਼ ਕੀਤਾ ਹੋਇਆ, ਕਿਵੇਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਸ਼ੁਰੂ ਦੇ ਵਿੱਚ ਬਿਜ਼ਨਸ ਸਾਡੇ ਗ੍ਰੈਂਡਫਾਦਰ ਨੇ ਸਟਾਰਟ ਕੀਤਾ ਸੀਗਾ, ਉਹਨਾਂ ਨੇ ਹੱਥ ਤੋਂ ਚੱਲਣ ਵਾਲੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ ਉਹਦੇ ਨਾਲ ਕੈਂਡੀ ਬਣਾਉਣ ਵਾਲੀਆਂ ਜਿਹੜੀਆਂ ਉਸ ਤੋਂ ਕੰਮ ਸ਼ੁਰੂ ਕੀਤਾ ਸੀਗਾ। ਗ੍ਰੈਜੂਅਲੀ ਫਿਰ ਸਾਡੇ ਫਾਦਰ ਨੇ ਆਟੋਮੈਟਿਕ ਮਸ਼ੀਨਾਂ ਡਿਵੈਲਪ ਕੀਤੀਆਂ, ਫਿਰ ਉਸ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਥਰਡ ਜਨਰੇਸ਼ਨ ਨੇ ਅਸੀਂ ਜਿਹੜੀਆਂ ਰੈਪਿੰਗ ਮਸ਼ੀਨਾਂ ਆਟੋਮੈਟਿਕ ਜਿਹੜੀਆਂ ਉਹ ਸਟੈਬਲ ਬਣਾਈਆਂ, ਅਤੇ ਫਿਰ ਅਸੀਂ ਅਲੱਗ ਅਲੱਗ ਫੈਕਟਰੀਜ਼ ਬਣਾ ਕੇ ਉਹਨਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਬਣਾਉਂਦੇ ਹੈਗੀਆਂ, ਔਰ ਉਸਨੂੰ ਹੋਰ ਅਸੀਂ ਆਟੋਮੈਟਿਕ ਕੀਤਾ ਪ੍ਰੋਸੈਸ ਨੂੰ ਜਿਹਦੇ ਵਿੱਚ ਹਾਈ ਸਪੀਡ ਮਸ਼ੀਨਾਂ ਬਣਨ। ਹੁਣ ਅਸੀਂ ਮਸ਼ੀਨ ਜਿਹੜੀ ਬਣਾਉਂਦੇ ਹਾਂ 6 ਟਨ ਕੈਂਡੀਜ਼ ਜਿਹੜੀਆਂ ਹੈਗੀਆਂ 8 ਘੰਟੇ ਦੇ ਵਿੱਚ ਬਣਾ ਦਿੰਦੀਆਂ ਹੈਗੀਆਂ। ਹਾਂਜੀ, ਅਤੇ ਸ਼ੁਰੂ 'ਚ ਜਿਹੜੀ ਬਣਦੀ ਸੀ ਉਹ ਹੱਥ ਨਾਲ ਬਣਦੀ ਸੀ, 100 ਕਿਲੋ 8 ਘੰਟੇ ਦੇ ਵਿੱਚ ਬਣਦੀ ਸੀਗੀ। ਹੁਣ 6 ਟਨ ਕੈਂਡੀ ਜਿਹੜੀ ਹੈਗੀ ਹੈ 8 ਘੰਟੇ ਦੇ ਵਿੱਚ ਤਿਆਰ ਹੋ ਜਾਂਦੀ ਹੈ, ਉਹ ਹਾਈ ਸਪੀਡ ਮਸ਼ੀਨਾਂ ਅਸੀਂ ਬਣਾਉਂਦੇ ਹਾਂ, ਔਰ ਜਿਹੜੀਆਂ ਕਿ ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸਪਲਾਈ ਕਰਦੇ ਹਾਂ ਜੀ। ਥੈਂਕ ਯੂ ਸੋ ਮੱਚ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੇ ਦਰਸ਼ਕਾਂ ਨੂੰ ਹੋਰ ਕੋਈ ਤੁਸੀਂ ਸੁਨੇਹਾ ਦੇਣਾ ਚਾਹੋ, ਆਪਣੇ ਬਿਜ਼ਨਸ ਬਾਰੇ ਕੋਈ ਨਾ ਕੋਈ ਕੋਈ ਨੁਕਤਾ ਸਾਡੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ? ਮੈਂ ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਅਸੀਂ ਇੰਡੀਆ ਦੇ ਵਿੱਚ ਸੀਗੇ ਕਿ ਹਰੇਕ ਕੰਮ ਜਿੱਦਾਂ ਨੌਕਰ ਚੱਕਰ ਕਰਦੇ ਹੈਗੇ ਆ, ਅਤੇ ਬੱਚੇ ਜਿਹੜੇ ਨਾ ਸਾਡੇ ਫਿਰ ਥੋੜ੍ਹਾ ਜਿਹਾ ਲਿਥਾਰਜਿਕ ਹੋ ਜਾਂਦੇ ਆ ਕਿ ਹਰੇਕ ਕੰਮ ਨੌਕਰ ਕੋਲੋਂ ਕਰਵਾਉਣਾ, ਆਪ ਕੁਛ ਨਹੀਂ ਕੰਮ ਕਰਨਾ ਹੈਗਾ। ਇੱਥੇ ਅਸੀਂ ਇਹ ਦੇਖਿਆ ਕਿ ਕੈਨੇਡਾ ਦੇ ਵਿੱਚ ਜਦੋਂ ਅਸੀਂ ਸ਼ਿਫਟ ਹੋਏ ਹਾਂ ਤਾਂ ਬੱਚੇ ਥੋੜ੍ਹੇ ਜਿਹੇ ਮਿਹਨਤੀ ਹੋ ਜਾਂਦੇ ਆ ਕਿ ਉਹਨਾਂ ਨੂੰ ਪਤਾ ਕਿ ਅਸੀਂ ਸਟੱਡੀ ਵੀ ਕਰਨੀ ਆ, ਸਟੱਡੀ ਦੇ ਨਾਲ ਅਸੀਂ ਜੋਬ ਵੀ ਕਰਨੀ ਆ, ਘਰ ਦੇ ਕੰਮ ਵੀ ਅਸੀਂ ਆਪ ਹੀ ਕਰਨੇ, ਅਸੀਂ ਸਪੋਜ਼ ਕੱਪੜੇ ਧੋਣੇ ਹੈਗੇ ਆ ਤਾਂ ਪ੍ਰੈਸ ਕਰਨੇ, ਸਾਰਾ ਕੰਮ ਅਸੀਂ ਆਪ ਕਰਨਾ ਹੈਗਾ। ਸੋ ਬੱਚਿਆਂ ਦੇ ਵਿੱਚ ਜਿਹੜੀ ਮਿਹਨਤ ਦਾ ਜਜ਼ਬਾ ਜਿਹੜਾ ਹੈ ਉਹ ਜ਼ਿਆਦਾ ਪੈਦਾ ਹੋ ਜਾਂਦਾ ਹੈਗਾ, ਅਤੇ ਉਹ ਮਿਹਨਤ ਕਰਕੇ ਸਟਰਗਲ ਕਰਕੇ ਬੜਾ ਅੱਛਾ ਅਸਟੈਬਲਿਸ਼ ਹੋ ਜਾਂਦੇ ਹੈਗੇ। ਬਹੁਤ ਜੀ, ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਭਵਿੱਖ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ। ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਹਾਂਜੀ, ਥੈਂਕ ਯੂ ਵਰਮਤ ਜੀ ਤੁਹਾਡਾ। ਨਿਸ਼ੀ ਜੀ, ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਮੈਂ ਕਹਿਣਾ ਚਾਹੁੰਦੀ ਹਾਂ ਜੀ ਕਿ ਬੱਚੇ ਇੱਥੇ ਆਉਣ, ਜਾਂ ਅਸੀਂ ਇੱਥੇ ਸੈਟਲ ਹੋਈਏ, ਅਸੀਂ ਲੈਂਡ ਆਫ ਓਪਰਚੁਨਿਟੀਜ਼ ਹੈਗੀ ਹੈ, ਓਪਰਚੁਨਿਟੀਜ਼ ਲਈਏ, ਵਧੀਆ ਅਸਟੈਬਲਿਸ਼ ਹੋਈਏ, ਲੇਕਿਨ ਆਪਣਾ ਕਲਚਰ ਨਾ ਭੁੱਲੀਏ, ਆਪਣਾ ਕੰਟਰੀ ਨਾ ਭੁੱਲੀਏ। ਅਸੀਂ ਇੱਥੋਂ ਜੇ ਕੁਛ ਵਧੀਆ ਉੱਥੇ ਅਸੀਂ ਦੇ ਸਕਦੇ ਹਾਂ ਆਪਣੇ ਕਲਚਰ ਦੇ ਵਿੱਚ, ਜਾਂ ਲੋਕਾਂ ਨੂੰ ਐਜੂਕੇਟ ਕਰਨ ਦੇ ਵਿੱਚ, ਜਾਂ ਇੱਥੇ ਦੀਆਂ ਕੋਈ ਵਧੀਆ ਚੀਜ਼ਾਂ ਉੱਥੇ ਇੰਪਲੀਮੈਂਟ ਕਰਨ ਦੇ ਵਿੱਚ, ਤਾਂ ਉਹ ਅਸੀਂ ਜ਼ਰੂਰ ਆਪਣੇ ਕੰਟਰੀ ਦੇ ਲਈ ਕਰੀਏ। ਅਤੇ ਬਾਕੀ ਠੀਕ ਹੈ, ਇੱਥੇ ਅਸੀਂ ਮਤਲਬ ਦੋਨੋਂ ਜਗ੍ਹਾ ਦੇ ਪਲੱਸ ਪੁਆਇੰਟ ਜਿਹੜੇ ਆ ਅਸੀਂ ਅਡੋਪਟ ਕਰੀਏ, ਉੱਥੇ ਦੀਆਂ ਵਧੀਆ ਚੀਜ਼ਾਂ ਇੱਥੇ ਇੰਪਲੀਮੈਂਟ ਕਰੀਏ, ਇੱਥੇ ਦੀਆਂ ਵਧੀਆ ਚੀਜ਼ਾਂ ਉੱਥੇ ਇੰਪਲੀਮੈਂਟ ਕਰੀਏ। ਥੈਂਕ ਯੂ, ਥੈਂਕ ਯੂ ਸੋ ਮੱਚ ਨਿਸ਼ੀ ਜੀ। ਸੋ ਦੋਸਤੋ, ਗੱਲਬਾਤ ਕਰ ਰਹੇ ਸਾਂ ਬਹੁਤ ਹੀ ਵੈਲ ਅਸਟੈਬਲਿਸ਼ਡ ਬਿਜ਼ਨਸਮੈਨ ਪ੍ਰਭ ਦਿਆਲ ਜੀ ਧੀਮਾਨ ਅਤੇ ਨਿਸ਼ੀ ਧੀਮਾਨ ਹੁਣਾਂ ਦੇ ਨਾਲ, ਅਤੇ ਉਮੀਦ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ।